चंगे बंदे नु खेड़ते नु सट के गई है। मैं बेटी दा सर्टिफिकेट बनाउण गई सी, मेरे आंदे ते मैनु फोन कीता ते मैनु इत्थे कुछ नहीं मिलिया। मैनू मेरे ढाई ढाई बजे फोन आया, मैंने ढाई बजे फोन करके कहते ने कि तेरे मुंडे ने लाइट लग गई। मौसम ने पुत दिता सी, एक पुत दी दात बख्शी सी, ओ भी खोली, ओ भी मैं तो खोली रब ने जिवें मैनू दिता। मैं मसां देखिया सी तीन कुड़ियां तो दी, मैं तो ओ भी खोलिया। पेंशन पुंशन लगी सी कहिंदे ओ भी कट दित्ती। पेंशन भी वीरे मेरी एक बारी पेंशन आई है, मुड़ के मेरी पेंशन नहीं आई। वीर जी मैनेज तां करना पैंदा, थोड़े थोड़े जी करना पैंदा, थोड़ा देख के बाला देख के की हो करना वा, ओने ची गुजारा करना पैंदा। सक्रोल पंजाब दे नाल जुड़े हो तुसी, मैं हाँ सौरव अरोड़ा। लुधियाना दे शेरपुर दे एरिए दे विच बच्चे खेल रहे सी, ते बच्चा खेलदा खेलदा फ्रिज दे कोल जांदा, ते उस तो बाद फ्रिज तो अचानक है जिहड़ा करंट लग जांदा, जिहदे विच 8 तो 9 साल दे बच्चे दी गुरनूर नाम दस्सिया जा रहा है, ते उसकी जिहड़ी है वह मौत हो जाती है। उहदे घर दे विच मातम दा माहौल पैदा हो जाता है। तीन भैणां गुरनूर दियां, उहदे फादर दी जिहड़ी है पहली डैथ हो चुकी, उहदी मदर साडे नाल है, गलबात करांगे। तेरे मुंडे ने लाइट लग गई। मौसम ने उन्होंने घरों अपने घर आ गई, घर आके देखा तो सारे हॉस्पिटल ला के चक के लीवर प्रॉब्लम सी, उन्हां दा भी मैं बहुत ज्यादा इलाज करवाया, उन्हां दा भी कोई हो नहीं होया। मैं बहुत हॉस्पिटल च लग के पछी कितों ठीक नहीं होए। ਘਰ ਦਾ ਗੁਜ਼ਾਰਾ ਕਿਦਾਂ ਹੁੰਦਾ ਫਿਰ ਉਸ ਤੋਂ ਬਾਅਦ? ਘਰ ਦਾ ਗੁਜ਼ਾਰਾ ਕਿਦਾਂ ਕੀਤਾ? ਗੁਜ਼ਾਰਾ ਵੀਰੇ ਮੈਂ ਕੋਠੀਆਂ 'ਚ ਕੰਮ ਕਰਦੀ ਆ, ਮੈਂ ਕੋਠੀਆਂ 'ਚ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲਦੀ ਆ। ਹੋਰ ਦੁਗਾ ਮੇਰੇ ਕੋਲੇ ਹੋਰ ਕੋਈ ਉਹ ਨਹੀਂ, ਨਾ ਮੇਰੇ ਸੱਸ, ਨਾ ਮੇਰੇ ਸਹੁਰਾ, ਨਾ ਮੇਰੇ ਕੋਈ ਹੋਰ ਆਸ-ਪਾਸ। ਪਰਮਾਤਮਾ ਕਹਿੰਦੇ ਇੱਕ ਪੁੱਤ ਦਿੱਤਾ ਸੀ, ਇੱਕ ਪੁੱਤ ਦੀ ਦਾਤ ਬਖਸ਼ੀ ਸੀ, ਉਹ ਵੀ ਖੋਲੀ, ਉਹ ਵੀ ਮੈਥੋਂ ਖੋਲੀ ਰੱਬ ਨੇ ਜਿਵੇਂ ਮੈਨੂੰ ਦਿੱਤਾ। ਮੈਂ ਮਸਾਂ ਦੇਖਿਆ ਸੀ ਤਿੰਨ ਕੁੜੀਆਂ ਤੋਂ ਦੀ, ਮੈਂ ਤੋਂ ਵੀ ਖੋਲਿਆ, ਮੇਰਾ ਉਹ ਨਹੀਂ ਰਿਹਾ। ਸਾਨੂੰ ਕਿਸੇ ਦਾ ਸਹਾਰਾ ਨਹੀਂ। ਬੱਚੇ ਤੁਹਾਡੇ ਜਿਹੜੇ ਪੜ੍ਹਦੇ ਆ? ਬੱਚੇ ਮੇਰੇ ਪੜ੍ਹਦੇ ਨੇ ਸਰਕਾਰੀ। ਵੱਡੀ ਵੱਡੀ ਕੁੜੀ ਕਿੱਥੇ ਰਹਿੰਦੀ? ਵੱਡੀ ਕੁੜੀ ਆਪਣੇ ਨਾਨਕੇ ਰਹਿੰਦੀ ਹੈ, ਉੱਥੇ ਉਹ ਪੜ੍ਹਾਉਂਦੇ ਨੇ। ਹਾਂਜੀ, ਉਹਦੇ ਨਾਨਕੇ ਪੜ੍ਹਾਉਂਦੇ ਨੇ। ਦੋ ਬੇਟੀਆਂ ਮੇਰੇ ਕੋਲੇ ਨੇ। ਕਿਹੜੀ ਕਿਹੜੀ ਬੇਟੀ? ਇੱਕ ਮੇਰੀ ਜਸਮੀਤ ਆ ਗਈ, ਇੱਕ ਮੇਰੀ ਜੈਸਮੀਨ ਆ। ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ?
ਘਰ ਦਾ ਕੰਮ ਹੀ ਕਰਨ ਗਏ ਹੋਏ ਸੀ ਕਿਤੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਘਰ ਇਦਾਂ ਦੀ ਘਟਨਾ ਹੋ ਕੰਮ ਕਰਕੇ ਤਾਂ ਮੈਂ ਆ ਗਈ ਸੀ ਵੀਰ ਜੀ ਸਕੂਲ ਚੋਂ ਫੋਨ ਆਇਆ ਸੀ ਮੈਂ ਸਰਟੀਫਿਕੇਟ ਬਣਾਉਣ ਗਈ ਸੀ ਬੇਟੀ ਦਾ ਸਾਈਨ ਕਰਾਉਣ ਗਈ ਸੀਗੀ ਅੱਗੇ ਮੈਂ ਘਰੇ ਛੱਡ ਕੇ ਜਾਂਦੀ ਡੇਲੀ ਘਰੇ ਰਹਿੰਦੇ ਮੈਂ ਕੰਮ ਕਰਦੀ ਇਕੱਲੇ ਹੀ ਰਹਿੰਦੇ ਸੀ ਉਹਨਾਂ ਨੂੰ ਕਿਹੜਾ ਕੋਈ ਦੇਖਦਾ ਸੀ ਭੈਣਾਂ ਭਾਈਆਂ ਦੇ ਆਸਰੇ ਛੱਡ ਕੇ ਚਲੇ ਜਾਂਦੀ ਸੀ ਸਾਰੇ ਦੇਖਭਾਲ ਕਰਦੇ ਸੀ ਉਹਨਾਂ ਦੀ ਸਾਰੇ ਉਹਨਾਂ ਨੂੰ ਪਿਆਰ ਕਰਦੇ ਸੀ ਉਹਨਾਂ ਦਾ ਕੋਈ ਉਹ ਨਹੀਂ ਸੀ ਬਸ ਉਹ ਤਾਂ ਪਤਾ ਨਹੀਂ ਖੇਡਦਾ ਖੇਡਦਾ ਕਿੱਦਾਂ ਅੰਦਰ ਆ ਕੇ ਵੜ ਗਿਆ ਤਾਂ ਉਹਨੂੰ ਕੋਈ ਉਹ ਨਹੀਂ ਹੋਇਆ ਪਿੱਛੇ ਤੋਂ ਜਿਹੜੀਆਂ ਨਵੀਆਂ ਪੈਨਸ਼ਨਾਂ ਵੀ ਉਹ ਹਲੇ ਕਿਸੇ ਦੀਆਂ ਨਹੀਂ ਆ ਰਹੀਆਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕਿ ਮੈਂ ਉੱਥੇ ਦਫ਼ਤਰ ਵੀ ਗਈ ਸੀ ਉਹ ਕਹਿੰਦੇ ਵੀ ਕੋਈ ਨਹੀਂ ਹਲੇ ਤੇਰੀ ਨਵੀਂ ਪੈਨਸ਼ਨ ਲੱਗੀ ਆ ਵੀ ਪੈਨਸ਼ਨ ਤੇਰੀ ਆਊਗੀ ਜ਼ਰੂਰ ਮੇਰੇ ਬੱਚਿਆਂ ਦਾ ਵੀ ਕੋਈ ਉਹ ਨਹੀਂ ਹੈਗਾ ਨਾ ਇਹਨਾਂ ਨੂੰ ਕੋਈ ਕੁਛ ਮਿਲਿਆ ਨਾ ਕੋਈ ਉਹ ਆ ਜਿਹੜਾ ਤੁਸੀਂ ਘਰ ਦਾ ਕੰਮ ਕਰਦੇ ਹੋ ਕੋਠੀਆਂ 'ਚ ਕੰਮ ਕਰਦੇ ਹੋ ਤਿੰਨ ਕੁੜੀਆਂ ਇੱਕ ਬੱਚਾ ਸੀ ਉਹਨੂੰ ਪਾਲਣਾ ਆਪਣੀ ਪਰਵਰਿਸ਼ ਕਰਨੀ ਇਹ ਹੋ ਜਾਂਦਾ ਮੈਨੇਜ ਵੀਰ ਜੀ ਮੈਨੇਜ ਤਾਂ ਕਰਨਾ ਪੈਂਦਾ ਥੋੜ੍ਹੇ ਥੋੜ੍ਹੇ 'ਚ ਹੀ ਕਰਨਾ ਪੈਂਦਾ ਥੋੜ੍ਹਾ ਦੇਖ ਕੇ ਬਾਹਲਾ ਦੇਖ ਕੇ ਕੀ ਉਹ ਕਰਨਾ ਵਾ ਉਹਨੇ 'ਚ ਹੀ ਗੁਜ਼ਾਰਾ ਕਰਨਾ ਪੈਂਦਾ ਭੈਣ ਭਾਈ ਕੋਲੇ ਪੁੱਛ ਲੈਂਦੇ ਸੀ ਭੈਣਾਂ ਭਾਈਆਂ ਤੋਂ ਲੈ ਲੈਂਦੀ ਸੀ ਮੈਥੋਂ ਕਿਸੇ ਨੇ ਨੱਕ ਨਹੀਂ ਸੀ ਵੱਟਿਆ ਕਦੇ ਮੇਰੇ ਬੱਚਿਆਂ ਨੂੰ ਸਾਰੇ ਬਹੁਤ ਪਿਆਰ ਕਰਦੇ ਸੀ ਮੇਰੇ ਭੈਣ ਭਾਈ ਆਂਢ ਗੁਆਂਢ ਮੇਰਾ ਬਹੁਤ ਜ਼ਿਆਦਾ ਸਾਥ ਦਿੰਦਾ ਸੀ ਹੁਣ ਵੀ ਮੈਨੂੰ ਮੇਰੇ ਆਸ ਪਾਸ ਨਹੀਂ ਸਾਂਭਿਆ ਇਹਨਾਂ ਨੇ ਮੈਨੂੰ ਦੇਖਿਆ ਇਹਨਾਂ ਨੇ ਮੇਰੇ ਬੱਚੇ ਨੂੰ ਦੇਖਿਆ ਇਹਨਾਂ ਨੇ ਸਭ ਕੁਛ ਕੀਤਾ ਮੇਰੇ ਬੱਚੇ ਦਾ ਬੱਚੇ ਦਾ ਸੰਸਕਾਰ ਕਰ ਦਿੱਤਾ ਹਾਂਜੀ ਬੱਚੇ ਦਾ ਸੰਸਕਾਰ ਕਰ ਦਿੱਤਾ ਉਹ ਵੀ ਮੇਰੇ ਪਿੰਡ ਦੇ ਨੇ ਮੇਰੇ ਮਹੱਲੇ ਦੇ ਨੇ ਮੇਰੇ ਨਗਰ ਨੇ ਮੇਰੀ ਬਹੁਤ ਮਦਦ ਕੀਤੀ ਹੈ ਮੈਨੂੰ ਕਿਸੇ ਵੀ ਚੀਜ਼ ਦਾ ਕੋਈ ਉਹ ਨਹੀਂ ਹੈਗਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹਨਾਂ ਨੇ ਕਿੱਥੋਂ ਕੀਤਾ ਕੀ ਕੀਤਾ ਕਦੋਂ ਕੀਤਾ ਮੈਨੂੰ ਕੁਛ ਨਹੀਂ ਪਤਾ ਮੇਰਾ ਨਗਰ ਮੇਰੀ ਬਹੁਤ ਜ਼ਿਆਦਾ ਸੇਵਾ ਕਰਦਾ ਬਹੁਤ ਸਹਾਇਤਾ ਕਰਦੇ ਨੇ ਮੇਰੀ ਜਿਹੜੀ ਸਰਕਾਰ ਹੈ ਮੌਜੂਦਾ ਸਰਕਾਰ ਉਹ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਇੱਕ ਪਾਸੇ ਹਸਬੈਂਡ ਦੀ ਡੈਥ ਹੋ ਗਈ ਘਰ ਦੇ ਹਾਲਾਤ ਬੜੇ ਮਾੜੇ ਹੈ ਤਿੰਨ ਕੁੜੀਆਂ ਇੱਕ ਬੱਚਾ ਸੀ ਛੋਟਾ ਜਿਹਾ ਉਹ ਵੀ ਇਸ ਦੁਨੀਆਂ ਤੋਂ ਚਲਾ ਗਿਆ ਬਸ ਵੀਰ ਜੀ ਮੈਂ ਸਰਕਾਰ ਤੋਂ ਹੋਰ ਕੋਈ ਮੰਗ ਨਹੀਂ ਕਰਦੀ ਬਸ ਮੇਰੀ ਇਹੀ ਹੱਥ ਬੰਨ ਕੇ ਬੇਨਤੀ ਹੈ ਮੇਰੇ ਬੱਚਿਆਂ ਨੂੰ ਕੋਈ ਕੋਈ ਸਹਾਰਾ ਮਿਲ ਜਾਵੇ ਇਹਨਾਂ ਨੂੰ ਮੈਂ ਪੜ੍ਹਾ ਸਕਾਂ ਇਹਨਾਂ ਨੂੰ ਮੈਂ ਵਧੀਆ ਉਸ 'ਤੇ ਲਾ ਸਕਾਂ ਬਸ ਹੋਰ ਮੈਨੂੰ ਕੋਈ ਉਹ ਨਹੀਂ ਮੈਨੂੰ ਚੱਲ ਇੰਨੇ ਨਾਲ ਮੇਰਾ ਬੱਚਿਆਂ ਦਾ ਟਾਈਮ ਪਾਸ ਹੋ ਜਾਊ ਜਦੋਂ ਪਤਾ ਚੱਲਿਆ ਕਿ ਤੁਹਾਡੇ ਬੱਚੇ ਦੀ ਡੈਥ ਹੋ ਗਈ ਕੋਈ ਮੌਜੂਦਾ MLA ਜਾਂ ਕੌਂਸਲਰ ਜਾਂ ਕੋਈ ਹੋਰ ਇੱਧਰ ਕੋਈ ਆਇਆ ਹੋਵੇ ਤੁਹਾਡੇ ਕੋਲ ਕੋਈ ਨਹੀਂ ਆਇਆ ਵੀਰ ਜੀ ਇੱਥੇ ਕੋਈ ਨਹੀਂ ਆਇਆ ਨਾ ਜੀ ਕੋਈ ਨਹੀਂ ਆਇਆ ਇੱਥੇ ਬਸ ਮੇਰੇ ਪਿੰਡ ਦੇ ਨੇ ਮੇਰੇ ਆਂਢ ਗੁਆਂਢ ਨੇ ਮੇਰੇ ਬੱਚੇ ਦਾ ਸੰਸਕਾਰ ਕੀਤਾ ਉਹੀ ਹੋਸਪਿਟਲ 'ਚ ਲੈ ਕੇ ਗਏ ਉਹਨਾਂ ਨੇ ਸਭ ਕੁਛ ਕੀਤਾ ਕੋਈ ਇੱਥੇ MLA ਨਹੀਂ ਆਇਆ ਕੋਈ ਇੱਥੇ ਕੌਂਸਲਰ ਨਹੀਂ ਆਇਆ ਕੋਈ ਨਹੀਂ ਆਇਆ ਇੱਥੇ ਜਿਹੜਾ ਹੁਣ ਜਦੋਂ ਡੈਥ ਹੋਈ ਜਦੋਂ ਕਰੰਟ ਲੱਗਿਆ ਬੱਚੇ ਨੂੰ ਜਦੋਂ ਹੋਸਪਿਟਲ 'ਚ ਲੈ ਕੇ ਜਾਂਦੇ ਸਰ ਡੈਥ ਹੋ ਗਈ ਜਾਂ ਘਰੇ ਹੀ ਹੋ ਗਈ ਸੀ ਵੀਰ ਜੀ ਡੈਥ ਤਾਂ ਉਹਦੀ ਘਰੇ ਹੀ ਹੋ ਗਈ ਸੀ ਫਿਰ ਵੀ ਹੁਣ ਸਾਰੇ ਆਂਢ ਗੁਆਂਢ ਦੇਖ ਕੇ ਤਾਂ ਹੁਣ ਉਹਨਾਂ ਨੇ ਛੱਡਣਾ ਥੋੜ੍ਹੀ ਸੀ ਤਾਂ ਹੋਸਪਿਟਲ ਲੈ ਕੇ ਗਏ ਚੱਕ ਕੇ ਉਹਦੀ ਥੋੜ੍ਹੀ ਥੋੜ੍ਹੀ ਲੱਤਾਂ ਗਰਮ ਸੀਗੀਆਂ ਕਹਿੰਦੇ ਲੱਤਾਂ ਗਰਮ ਨੇ ਤਾਂ ਹੋਸਪਿਟਲ ਲੈ ਜਾਓ ਵੀ ਅਸੀਂ ਸਾਰੇ ਰਲ ਕੇ ਉਹਦਾ ਇਲਾਜ ਕਰਾ ਦਾਂਗੇ ਵੀ ਸਾਨੂੰ ਕੋਈ ਉਹ ਨਹੀਂ ਹੈਗਾ ਮੇਰੇ ਪਿੰਡ ਨੇ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਿੰਦਾ ਆਹ ਫੈਮਿਲੀ ਹੈ ਤਿੰਨ ਲੜਕੀਆਂ ਇਹਨਾਂ ਦੀਆਂ ਆਹ ਘਰ ਹੈ ਘਰ ਦੀਆਂ ਤਸਵੀਰਾਂ ਦਿਖਾ ਦਿੰਦਾ ਘਰ ਦੇ ਹਾਲਾਤ ਬੜੇ ਮਾੜੇ ਨੇ ਜੇ ਗੱਲ ਕਰੀਏ ਪਿਛਲੇ ਸਮੇਂ ਇਹਨਾਂ ਦੇ ਹਸਬੈਂਡ ਦੀ ਡੈਥ ਹੋ ਜਾਂਦੀ ਹੈ ਅਤੇ ਹੁਣ ਜੇ ਗੱਲ ਕਰੀਏ ਇਹਨਾਂ ਦਾ ਬੱਚਾ ਜਿਹੜਾ ਸੀ ਸਭ ਤੋਂ ਛੋਟਾ ਸੀ ਗੁਰਨੂਰ ਜਿਹੜਾ 8 ਤੋਂ 9 ਸਾਲ ਦਾ ਸੀ ਅਤੇ ਉਹਦੀ ਡੈਥ ਹੋ ਜਾਂਦੀ ਹੈ ਜਿਸ ਜਗ੍ਹਾ 'ਤੇ ਕਰੰਟ ਲੱਗਿਆ ਬੱਚੇ ਨੂੰ ਮੈਂ ਜਗ੍ਹਾ ਵੀ ਦਿਖਾ ਦਿੰਦਾ ਆਹ ਫਰਿੱਜ ਤੁਸੀਂ ਦੇਖ ਸਕਦੇ ਹੋ ਕਿ ਆਹ ਫਰਿੱਜ ਪਿਆ
इस जगह पर फ्रिज पिया इस ही जगह पर बच्चा आके पिछे लुक जाता है। तो बच्चे जिदा जवाक खेडते है खेडते खेडते बच्चे करंट लग जाता है। बच्चे को यह नहीं पता सगा कि मैं इतने लुक जाना तो मैं करंट लग जाना। तो उस तो बाद करंट लगन तो बाद मदर है तो उसू जोड़ा दसया जाता है तो वो घर के घर पहुँचते हैं तो देखा जाता कि उसका बच्चा जोड़ा मौत के घाट उतर चुका है। बच्चे खेड रहे थे खेडते खेडते घटना हो गई जिद बच्चे की है जी है वह मौत हो जाती है। तस्वीर तुम्हें बाहर दियाँ दिखा देना आ घर है घर के हालात बड़े माड़े ने। जे गल करिए घर का जोड़ा गुजारा बच्चों का गुजारा करना खुद अपना गुजारा करना बड़ा मुश्किल है। घर के हालात बड़े माड़े ने। पिछले समय जी गल करिए इन्हां दे हसबेंड की डैथ हो गई उस तो बाद बच्चा बच्चे नूं करंट लग जाता है भयानक मौत हो जाती है। वड्डा हादसा जिहड़ा वापर जाता घर दे विच घर दे विच वड्डा हादसा वापर जाता आंढ गुआंढ सामदा आ के तीन कुड़ियां पहले हसबेंड की डैथ हो जाती है फिर उस तो बाद मुंडे की डैथ हो जाती है। छोटा जिहा बच्चा सीगा 8 तो 9 साल का जिदी करंट लगदे नाल जिहड़ी है मौत हो जाती है। दस्या जा रहा है कि वो लेडी की जिहड़ी है पेंशन लगी भी वह भी जिहड़ी है वह कट लीती जाती है। वह क्यों कट्टी गई किस कोई रीज़न की है ये जिहड़ा रीज़न है बैंक च जाके पुछया गया सी ते उन्हां वल्लों कहा कि पिछों जिहड़ी है पेंशन है आनी है वो हजे तक आ नहीं रही। घर के हालात बड़े माड़े ने। एक बच्चा घर का जवाक सीगा तीन कुड़ियों तो बाद मुंडा होया तो उस मुंडे की जिहड़ी है वह डैथ हो जाती है करंट लग जाता घर के माँ लोगों के घर काम करती है अपने बच्चों पालन वास्ते घर का गुजारा करने वास्ते काम किया जा रहा है। तो घरों बाहर से तो घर के जिहड़े बच्चे वो पहले भी घर कल्ले रहिंदे सीगे अपना ध्यान खुद रख लैंदे सी पर जिहड़ी इदां दी घटना हो गई कि जिहदे विच जिहड़ा की है वो 8 तो 9 साल के बच्चे की जिहड़ी है डैथ हो जाती है। वो फैमिली के तीन भैणा उहदियां ते कल्ला कल्ला भरा सी सब तो छोटा सी ते गल करिए उस तो पहले फादर की डैथ हो जाती है ते उस तो बाद बच्चे की जिहड़ी बहरहमी नाल मौत हुंदी है घरे करंट लग जाता है ते हस्पताल दे विच जांदे जिहड़ी है डैथ हो जाती है। जुड़े रहो स्क्रोल पंजाब दे नाल कैमरामैन विक्की शर्मा दे नाल सौरव अरोड़ा रिपोर्ट। धन्यवाद।